ਇਹਨਾਂ ਕੰਮ ਇਹਨਾਂ ਪੋਰੀ ਨਾ ਬਟਲੇ ਲਾ ਵੀ ਹੁਣ ਤਾਂ ਕੋਈ ਬਟਲੇ ਨਾ ਚੀਂਦਾ ਇਹ ਹੁਣ ਨਾ ਉਹਨਾਂ ਘਰ ਜੁੜਿਆ ਇਹ ਜਿਹੜੇ ਬਾਏ ਬਾਏ ਇਹ ਸਮਾਨ ਜੁੜਿਆ ਲੈ ਅਸਲ ਇਫਤਾਰੀ ਸਹੀ ਹੈ ਸੀ ਹੈ ਇਸ ਨੇ ਜਿਹੜੀ ਇਫਤਾਰੀ ਆ ਨਾ ਜੀ ਇਹ ਲਈ ਆ ਜੀ ਇਸ ਖਰੀ ਹੈ ਘਰ ਹੁਣ ਇਹ ਜਿਹੜਾ ਨੇ ਜਿਹੜਾ ਜੀ ਮਾਰੇ ਦੋਸਤੋ ਅਸਲਾਮ ਵਾਲੀਕੁਮ ਮੈਂ ਕਹਿੰਦਾ ਸਾਡੇ ਠਾਕ ਸੋ ਖੁਸ਼ ਬਾਸ਼ ਸੁਲਤਾਨ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਿਦ ਸ਼ਬੀਰ ਸੋ ਤੱਕ ਜਿਹੜਾ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਿਦ ਸ਼ਬੀਰ ਅਸਲ ਖਿਦਮਤ ਜਾਂ ਫਿਰ ਅਜ਼ਰ ਜੀ ਕਾ ਨਈ ਵੀਡੀਓ ਕਿੰਤਾ ਇਸ ਵੇਲੇ ਮੈਂ ਮੌਜੂਦ ਹਾਂ ਜੀ ਕਲਜਾ ਵਿੱਚ ਬੈਕ ਸਾਈਡ ਰੋ ਕੋਆ ਉੱਪਰ ਬੈਠਾ ਸਵੇਦੇ ਨੇ ਉਹ ਵੀ ਇੰਤਜ਼ਾਰ ਕਰ ਰਹੀ ਹੈ ਕਿ ਧੁੱਪ ਨਿਕਲਤੀ ਆ ਤਾਂ ਅੱਛੋ ਹੈ ਬੋ ਹੈ ਸਫੇਦੇ ਪਰ ਧੁੱਪ ਲਗਾਓ ਹੈ ਕਿਉਂਕਿ ਹੋਈ ਹੈ ਬਾਰਿਸ਼ ਅਸਾਂ ਤੱਕ ਸੋ ਸੰਗੀ ਨਜ਼ਰ ਅੱਛੀ ਹੋਸੀ ਹੈ ਸਿੱਜੀ ਵੀ ਜਗ੍ਹਾ ਨਜ਼ਰ ਆ ਰਹੀ ਹੋਸੀ ਹੈ ਸਿੱਜੀ ਜਗ੍ਹਾ ਕੀ ਆ ਤਾਂ ਜ਼ਰ ਅਸੀਂ ਪਤਾ ਲਈ ਗਿਆ ਸੀ ਕਿ ਬਾਰਿਸ਼ ਹੋਈ ਆ ਤਾਂ ਮੌਸਮ ਕਾਫੀ ਸੁਹਾਣਾ ਹੋ ਗਿਆ ਸੀ ਅੱਜ ਵੀ ਚਾਰ ਚਾਰ ਪਏ ਵੇ ਮੈਂ ਸਰ ਸੰਗੀ ਨਜ਼ਰ ਆ ਰਹੀ ਹੋਸੀ ਤਾਂ ਇਸ ਵੇਲੇ ਜੇ ਮੈਂ ਮੌਜੂਦ ਹਾਂ ਜੀ ਉਹ ਕਾਲਜਾਂ ਦੇ ਅੰਦਰ ਮੌਜੂਦ ਹਾਂ ਇੱਥੇ ਡਿਊਟੀ ਸੀ ਆ ਪੇਪਰਾਂ ਦੀ ਡਿਊਟੀ ਖਤਮ ਹੋਈ ਜਾਂ ਬਾਹਰ ਆਇਆ ਤਾਂ ਬਾਹਰ ਸੂਰਤ ਹਾਲ ਤੱਕ ਹੋਇਆ ਕੋਈ ਬੰਦਾ ਨਹੀਂ ਨਜ਼ਰ ਛਣਾ ਪਿਆ ਸਾਰੇ ਬੰਦੇ ਜਿਹੜੇ ਹੈ ਜੀ ਉਹ ਆਪਣੇ ਘਰ ਚਲੇ ਗਏ ਬਾਕੀ ਆ ਸਾਰਾ ਮੋਟਰਸਾਈਕਲ ਕੱਲਾ ਖਲਤਾ ਹੋਇਆ ਖਲਣਾ ਹੀ ਕੱਲਾ ਤੇ ਹੋਰ ਕਿਸਾਨ ਨਾਲ ਖਲਣਾ ਹੋਈ ਨਹੀਂ ਆ ਬਾਕੀ ਹੁਣ ਇਸ ਚਾਬੀ ਲਾਸਾਂ ਨਜ਼ਰ ਆਉਂ ਡਿਡਿਆਲ ਆਇਆ ਹੁੰਦਾ ਡਿਡਿਆਲ ਸ਼ਾਇਦ ਜੀ ਜਲਸਾ ਨਿਕਲਦਾ ਤਾਂ ਇਸ ਵੇਲੇ ਸਾ ਡਾਇਰੈਕਟ ਪਹੁੰਚੀ ਆ ਯਾ ਜ਼ਮਾਨ ਚੌਕ ਮੈਂ ਮੋਟਰਸਾਈਕਲ ਬੈ ਗਿਆ ਸਾ ਅੱਖਾਂ ਬੰਦ ਕਰੀ ਗਈਆਂ ਕੋਈ ਪਤਾ ਨਹੀਂ ਲੱਗਾ ਮੈਂ ਕਿੱਥਾ ਪਹੁੰਚਿਆ ਖਲਣਾ ਡਿਡਿਆਲ ਸੀ ਆ ਪਹੁੰਚੀ ਜ਼ਮਾਨ ਚੌਕ ਆਇਆ ਅਸਲਾਮ ਅਲੈਕਮ ਕਾਲਾ ਜੀ ਠੀਕ ਹੋ ਅੱਲਾਹ ਸ਼ੁਕਰ ਕੱਲ ਹੋਣਾ ਜ਼ਮਾਨ ਚੌਕ ਆ ਚੰਗੇ ਆ ਬੰਦਾ ਉਧਰ ਆਈ ਜਾਣਾ ਥੋੜਾ ਅੱਗੇ ਬੰਦਾ ਕਪਾਈ ਹੋਣਾ ਬੰਦਾ ਆਪੋ ਆਈ ਜਾਣਾ ਜੀ ਲੋਕ ਕਰਦੇ ਨਾ ਇਫਤਾਰੀ ਬੰਦਾ ਭਰਾ ਆਇਆ ਸਵਾਲ ਤਾਂ ਚਾਹੀਦਾ ਨਹੀਂ ਨਾ ਤਾਂ ਕਨੇਡਾ ਹੋ ਜਾਣਾ ਸੱਤਾ ਭਰਾ ਬੰਦੇ ਤੋਂ ਨਾ ਤਾਂ ਆਈ ਜਾਓ ਆਈ ਜਾਓ ਉਹ ਭਾਈ ਰਿਹਾ ਤਾਂ ਚਲੋ ਹੁਣ ਅਗਲੇ ਸਾਲ ਨਾ ਦਾਣੇ ਸਭ ਤੋਂ ਆਪਣੇ ਸਾਫ਼ ਸਫਾਈ ਕੀਤਾ ਉਹ ਸ਼ਹਿਰ ਹੀ ਬੜੀ ਛੋ ਸਹੀ ਪਤਾ ਹੀ ਹੈ ਕੋਈ ਨਾ ਕੋਈ ਬੰਦਾ ਸਹੀ ਲੱਭ ਜਾ ਚਾਹੇ ਉਹ ਨਿੱਕਾ ਹੋਇਆ ਚਾਹੇ ਮੋਟਾ ਹੋਇਆ ਚਾਹੇ ਪਤਲਾ ਹੋਇਆ ਚਾਹੇ ਜੇ ਵੀ ਹੋਇਆ ਅਸਲਾਮ ਵਾਲੇਕਮ ਵਾਲੇਕਮ ਸਲਾਮ ਕੀ ਹਾਲ ਹੈ ਮੋਟਰਸਾਈਕਲ ਵੀ ਮਹਿੰਗਾ ਆ ਤਾਂ ਫੋਨ ਹੀ ਮਹਿੰਗਾ ਸਾਰਾ ਜ਼ਿਆਦਾ ਮਹਿੰਗਾ ਔਰ ਸਕੜਾ ਕਿਸੋ ਸਕੜਾ ਚੱਕਰਾ ਉਹਨੇ ਪਾਤਾ ਜੀ ਦਸਾਂ ਵੀਹਾਂ ਤੀਹਾਂ ਦਸ ਹਜ਼ਾਰ ਫ੍ਰੀ ਦੇਣੇ ਹੋਇਆ ਫ੍ਰੀ ਕੌਣ ਦੇਣੇ ਆਉਣੇ ਸਾਡੀ ਡਿਆਲ ਛੱਡੇ ਜੇ ਜ਼ਮਾਨ ਚੌਕ ਜਾਓ ਤਾਂ ਸਭ ਫ੍ਰੀ ਦੇਣੇ ਫ੍ਰੀ ਨਹੀਂ ਦੇਣੇ ਅੱਜ ਕੱਲ੍ਹ ਕੀ ਫ੍ਰੀ ਧੱਕਾ ਨਹੀਂ ਮਾਰਨਾ ਤਾਂ ਇਹਦਾ ਮਹੱਲ ਫਿਰ ਪੈਸੇ ਉਹ ਵੀ ਚਾਚੇ ਜੂਸ ਵੀ ਆਉਂਦਾ ਆਉਣੇ ਜੂਸ ਪੀਓ ਰੋਜ਼ਾ ਖੋਲੋ ਤਾਂ ਤੁਸਾਂ ਕੁਝ ਵੀ ਨਹੀਂ ਖਾਲੀ ਸਕਰਾ ਦੇਣੇ ਪਿਓ ਵਾਮ ਦੀ ਕਿਆ ਬਣ ਸੀ ਸਵਾਮ ਮੋਟੀ ਬੋਟੀ ਹੈ ਯੇ ਬਣ ਕੇ ਹੈ ਯੇ ਬਣ ਕੇ ਕੁਛ ਦਿੱਤਾ ਵੀ ਨਹੀਂ ਦਿੱਤਾ ਯਹੀ ਤਾਂ ਮਸਲਾ ਹੈ ਨਾ ਪੈਸੇ ਕਾ ਰੋਲ ਹੈ ਪੈਸੇ ਕਾ ਰੋਲ ਹੈ ਲੋਨ ਚੋਕੇ ਵਿੱਚ ਕੋੜਾ ਲਪਾਈ ਜਾਂ ਬੋਟੀ ਲਪਾਈ ਜਾਂ ਕੋੜੇ ਕਾ ਚੱਕਾ ਕੋੜੇ ਸਾ ਆਪਣੇ ਠੀਕ ਸਾ ਸੁਣੋ ਵੀ ਨਾ ਹਾਂ ਉਹਦੇ ਮੈਂ ਤੱਕ ਦਰੀ ਜਾਣੇ ਪੇ ਮਤੇ ਆਸੇ ਕਿ ਸੱਦੀ ਕਿ ਨਾ ਸੈ ਦਰੀਆਂ ਕਸੇ ਦਸਾ ਸਾ ਕੋ ਸਹੀ ਕਿਨਾਰੇ ਜਾ ਬੇ ਸੱਤੋਂ ਜਾ ਬੇ ਸਾਂ ਜੀ ਜੇ ਬਜ਼ਾਰੇ ਜੋ ਨਿਕਲੀ ਦਾ ਇਸ ਵੇਲੇ ਮੈਂ ਪਹੁੰਚੀ ਆ ਇੱਕ ਬੰਦੇ ਨੇ ਘਰ ਹੈ ਘਰ ਸਾ ਪਛਾਣੋ ਹੈ ਸਹੀ ਨਜ਼ਰ ਆਈ ਰਹੀ ਉਸ ਯੂਕੇ ਲੈ ਕੋਠੀ ਹੈ ਕੋਠੀ ਜਿਹੜੀ ਹੈ ਨਾ ਜੀ ਉਸਾ ਮਾਲਕ ਗੇਡਾਂ ਦੇ ਸਾਹਮਣੇ ਖਲਤਾ ਹੋਇਆ ਛੱਪੜਾ ਜੁਲਣਾ ਪਏ ਕਿਆ ਵਜ੍ਹਾ ਇਹ ਗੇਟ ਖੋਲਿਆ ਜੀ ਸਾਨੂੰ ਤਾਂ ਕੋਈ ਗੇਡੂ ਨੇ ਪਿੱਛੋਂ ਨਿਕਲਤਾ ਕੋਣ ਹੈ ਅਸਲਾਮ ਅਲੈਕਮ ਅਸਲਾਮ ਸੋ ਸੁਣੋ ਅੱਲਾ ਦਾ ਸ਼ੁਕਰ ਠੀਕ ਹੈ ਏ ਵਨ ਅੱਜ ਬੜੀ ਚਮਕ ਹੈ ਕੁੱਥੇ ਜੀ ਕੱਲ੍ਹ ਵਾਲੇ ਕੱਪੜੇ ਲੈ ਵਿੱਚ ਚਮਕ ਉੱਥੇ ਹੀ ਇਹ ਰਾਤੀ ਦਿਹਾੜੀ ਅਣਕਾਂ ਲਈ ਰੱਖਣੇ ਹੋ ਕਿਆ ਵਜ੍ਹਾ ਆਸ ਸੁੱਤੇ ਹੋਏ ਅਣਕਾਂ ਲਾਣੇ ਹੋਣੇ ਆ ਜਾਗਣੀਆਂ ਜਾਣੇ ਲਾਣੇ ਹੋਣੇ ਆ ਅੱਜ ਕਿਆ ਸੀਨ ਹੈ ਇਫਤਾਰੀ ਹੈ ਇਫਤਾਰੀ ਕੀ ਦੇਸੀ ਆ ਜਾਂ ਵਲੈਤੀ ਵਲੈਤੀ ਆਏ ਆਏ ਚਾਸੇ ਸੀ ਚਾਸੇ ਸੀ ਬੋਟੀਆਂ ਛੋਟੀਆਂ ਸਨੀਆਂ ਨਿੱਕਾ ਗੋਸ਼ਤ ਖੀਰ ਬਰਿਆਨੀ ਸਮੋਸੇ ਪਕੌੜੇ ਉਹ ਮਾਰੇ ਖਾਣੇ ਦੀ ਚੀਜ਼ ਬੋਗੇ ਤੁਸੀਂ ਆਪਣੇ ਖਾਣੇ ਨਹੀਂ ਬਾਣੇ ਪਿਆ ਮਾਰੇ ਤੁਸੀਂ ਵੀ ਇਹ ਖਾਸਣਾ ਮੈਂ ਖਾਣੇ ਗਏ ਫਰੂਟ ਵੀ ਆ ਚੀਜ਼ਾਂ ਬਾਣੇ ਵਜਣੀ ਫਰੂਟ ਵੀ ਆ ਮਾਰੇ ਲਈ ਸਹੀ ਫਰੂਟ ਹੀ ਲੱਭਸੀ ਹੋਰ ਵੀ ਲੱਭਣੀ ਨਹੀਂ ਸਹੀ ਹੈ ਗੱਲ ਹੀ ਹੈ ਹੋਰ ਸੁਣੋ ਬਿਹਤਰੀਨ
ਕਿਸੇ ਦਿਨ ਗੁਜ਼ਰੀ ਰਹੇ ਬਸ ਬਿਹਤਰੀਨ ਹੋ ਜੁਲੇ ਵਾਲਾ ਛੋਣ ਜੁਲਾ ਪਰੇ ਸ਼ਰਬਤ ਸ਼ਰਬਤ ਬਣਾ ਜ਼ਾਹਿਰ ਕਰ ਸੋਇ ਤਾਂ ਬੁਲਾਇਆ ਫਰੂਟ ਕੋ ਦਸਾ ਸ਼ਰਬਤ ਨਾਲ ਬਣਾ ਅਸੀਂ ਤਾਂ ਸਦਿਆਂ ਕਿ ਪਹਿਲੋ ਕੇ ਕੋਈ ਅਲਪ ਕਰਾਸ ਹੋਇਆ ਜ਼ਾਹਿਰ ਗੱਲ ਹੈ ਐਵੇਂ ਸੋਇ ਸਦੀ ਕੇ ਦਾ ਪਾਗਲ ਅਸਾਂ ਪਾਗਲ ਆਵੇਂ ਤਾਂ ਆਪਣਾ ਕਿਥਾ ਵਜ਼ਨ ਘਟਾਈ ਰੋ ਗਿਆ ਅਸਲੀ ਰੋ ਹੋਣਾ ਠੀਕ ਹੋ ਗਿਆ ਜੀ ਅੱਜ ਇਫਤਾਰੀ ਕਰੀ ਆ ਯੂਕੇ ਆ ਜਣੀ ਯੂਕੇ ਦੇ ਇਸ ਬੰਦੇ ਅਸਾਂ ਕੀ ਘਰੋਂ ਬਾਹਰ ਕੱਢੀ ਜਾਂਦਾ ਇਸ ਵੇਲੇ ਬਾੜੀ ਅੰਦਰ ਗਲੀਆਂ ਦੇ ਕਾਰ ਬੈਨ ਨਹੀਂ ਦਿੱਤਾ ਸੀ ਘਰਾਂ ਗਿਆ ਉੱਥੇ ਸਭ ਦੇ ਉਥਾਰ ਦੇਰ ਆਰਾਮ ਕਰੋ ਇੱਥੇ ਅਸਾਂ ਤਾਂ ਕੋਈ ਬੰਦਾ ਜੀ ਰਿਹਾ ਅੱਛਾ ਉਹ ਬੰਦਾ ਕੋਈ ਘਰ ਹੀ ਬਾਲੀ ਉਹਨਾਂ ਕੋਈ ਸੋ ਦੇਰ ਆਣਾ ਅੱਛਾ ਆਰਾਮ ਕਰੋ ਅਸਾਂ ਬੁਲਾਣੇ ਤੇ ਨਹੀਂ ਬੈਠੇ ਬੁਲਾਇਆ ਫਰੋਡ ਕੁਤਰੋ ਆਪਣੇ ਘਰਾਂ ਲਈ ਕੀ ਸੱਦੀ ਰਿਹਾ ਇਹ ਨਹੀਂ ਆਣਾ ਸਾਨੂੰ ਨਾਲ ਜੁਲੋ ਹੈ ਬਾਕੀ ਉਹਨਾਂ ਸਾਂ ਅਗਲੇ ਨੇ ਘਰ ਪੁੱਛਣੇ ਮੈਂ ਤਾਂ ਬਾਕੀ ਜਿਹੜੇ ਸੀਨ ਆ ਸੁਣ ਜਿਓ ਉਹ ਕਿਥਾ ਸੁਣ ਦਸਤਖਵਾਨ ਕਰੋ ਸੋ ਇਫਤਾਰੀ ਵਾਲੇ ਪਰ ਨਾ ਨਾ ਇਨਸ਼ਾਅੱਲਾ ਇਨਸ਼ਾਅੱਲਾ ਦਸਤਖਵਾਨਾ ਬੜੀ ਉਸਨ ਲੋ ਜੀ ਆਖਰਕਾਰ ਸਾਂ ਅਗਲੇ ਨੇ ਘਰ ਪੁੱਛੀ ਅਸਲਾਮ ਅਲੈਕਮ ਵਾਲੇਕਮ ਸਲਾਮ ਕਾ ਲਾ ਜੀ ਅਲਹਮਦੁਲਿਲਾ ਅ ਚਿੱਟਾ ਸੂਟ ਪਾਇਆ ਉਹਨੇ ਬੜਾ ਇਹ ਚਿੱਟਾ ਸੂਟ ਹੈ ਕੁਸਾਂ ਨੇ ਫਰਮਾਇਆ ਸੀ ਮੈਂ ਚਿੱਟਾ ਸੂਟ ਕੁਸਾਂ ਉਸਮਾਨ ਸੀ ਫਰਮਾਇਆ ਸੀ ਮਨਸੂਨ ਸੀ ਨਾ ਨਾ ਇਹ ਅੰਕਲ ਹੈ ਉਹਨਾਂ ਨੇ ਫਰਮਾਇਆ ਸੀ ਫਰਮਾਇਆ ਚਿੱਟਾ ਸੂਟ ਚਾਚੇ ਸਾਰੇ ਨੇ ਫਰਮਾਇਆ ਸੀ ਅਗੇ ਚਿੱਟਾ ਸੂਟ ਬਣਾ ਕੇ ਸਾਰੀ ਬਿਲਕੁਲ ਤੇ ਜੁਲਾਉਣ ਅੱਛਾ ਕੀ ਸੀ ਨੇ ਉਹ ਬਹੁਤ ਹੀ ਬੜਾ ਆਪਣੇ ਬਾਕੀ ਨਜ਼ਰ ਅੰਗੂਰ ਇਹ ਖੰਜੂਰਾ ਇਸ ਤਰ੍ਹਾਂ ਬਾਕੀ ਕਰਨਾ ਕਿਹਾ ਇਹ ਹੁਣ ਥਈ ਪੋਨੀ ਆ ਛੁਰੀ ਫਿਰ ਗਰਮਾ ਪੋਨਾ ਤੇ ਫਿਰ ਦਮਾਣਾ ਪੋਨਾ ਉਹਨਾਂ ਹੀ ਲਾਣੇ ਕੱਟ ਤਾ ਉਹਨਾਂ ਹੀ ਕੁੱਟਣਾ ਆ ਤਾ ਹੁਣ ਅਸਾਂ ਕੈਮਰਾ ਬੰਦ ਕਰਨਾ ਤੇ ਕੈਮਰੇ ਨੇ ਬੈਕ ਜਿਹੜੀ ਸਾਈਡ ਪਰ ਸੀਨ ਹੈ ਉਹ ਪਲ ਕੜੀ ਕਰਨਾ ਦੱਸੋ ਗਰਮਾ ਸ਼ਰਮਾ ਕੁੱਤਿਆ ਕੇਲੇ ਛੇਲੇ ਕੁੱਤੇ ਤੇ ਬਾਕੀ ਕੇਲੇ ਨੂੰ ਉਤਰੇ ਸੁਵੇ ਸੇ ਬਣੀ ਬਿਲਕੁਲ ਕਿ ਸਾਡਾ ਨਾ ਕਿ ਨਸ ਕਲੀਆਂ ਨਾ ਕੇਲਾ ਮੈਂ ਉਤਰਿਆ ਭਾਈ ਕਮਾਈ ਕਿਸੇ ਕੀ ਕਮਾਈ ਕੀਤੀ ਨੇ ਨਾ ਭਾਈ ਦਮਾਣਾ ਦਮਾਣਾ ਕੁੱਤਰੋ ਪਤਾ ਲੱਗਾ ਕਿ ਕੁੱਤਰਿਆ ਨੇ ਕੇਲਾ ਤਿਆਰ ਹੋਈ ਗਿਆ ਜਦੋਂ ਤੱਕ ਸੋਇਆ ਡਰੈਸ ਲਈ ਗਏ ਦਮਾਣਾ ਵੀ ਪਕੌੜੇ ਸਮੋਸੇ ਅੰਗੂਰ ਸੇਬ ਦੋਨੋਂ ਤੱਕ ਬਾਕੀ ਸਮਾਨ ਜਿਹੜਾ ਹੈ ਨਾ ਉਹ ਵੀ ਤਿਆਰ ਹੋਈ ਚੁੱਕਿਆ ਡਰੈਸ ਤਿਆਰ ਹੋਈ ਚੁੱਕਿਆ ਸਮੋਸੇ ਸਨ ਸਮੋਸੇ ਤੂੰ ਕੱਢੇ ਤਾਂ ਟ੍ਰੇਨ 'ਚ ਬਾਏ ਇਹ ਪਕੌੜੇ ਸਨ ਪਕੌੜੇ ਵੀ ਤੂੰ ਕੱਢੀ ਦਿੱਤਾ ਟ੍ਰੇਨ 'ਚ ਬਾਏ ਬਾਕੀ ਅਸਾਂ ਤੱਕ ਸੋਇਆ ਅੰਗੂਰ ਗਰਮਾ ਇਹ ਦਵਾਣੇ ਸਮਾਣੇ ਬਚੀ ਗਏ ਐਕਸਟਰਾ ਸਨ ਤਾਂ ਬਾਕੀ ਆਡੀਅੰਸ ਅਗਰ ਸਾਨੂੰ ਤੱਕ ਹੋਇਆ ਆਵਾਮ ਆਈ ਗਈ ਆ ਜੀ ਇਫਤਾਰੀ ਵਾਲੀ ਜਿਹੜੀ ਇੰਨਾ ਸੱਦੀ ਸੀ ਇਫਤਾਰੀ ਪਰ ਆਵਾਮ ਇਲਾਕਾ ਸਾਰੀ ਇਸ ਵੇਲੇ ਮੌਜੂਦ ਹੈ ਬਾਕੀ ਅਸਾਂ ਤੱਕ ਸੋਇਆ ਇਹਨਾਂ ਭਾਪੇ ਰੰਗ ਕੀ ਰੋਜ਼ਾ ਬਹੁਤ ਡਾਢਾ ਲਗਾ ਹੋਇਆ ਇੰਤਜ਼ਾਰ ਕਰੀ ਰਹੇ ਇੰਤਜ਼ਾਰ ਕੀ ਗੜੀਆਂ ਖਤਮ ਹੋਣੇ ਵਾਲੀ ਹੈ 10 ਮਿੰਟ ਰਹਿਣੇ ਆ ਜਾਵੇ ਘਬਰਾਉਣਾ ਨਹੀਂ ਜਾਏ ਬਾਕੀ ਅਸਾਂ ਤੱਕ ਸੋਇਆ ਅਸਲਾਮ ਅਲੈਕਮ ਵਾਲੇ ਸਲਾਮ ਜਨਾਬ ਕੀ ਹਾਲ ਹੈ ਠੀਕ ਹੋ ਸਰ ਠੀਕ ਹੈ ਕੈਸੇ ਰੋਜ਼ੇ ਜੀ ਰਹੇ ਬੜੇ ਬਿਹਤਰੀਨ ਜੀ ਰਹੇ ਕਿਆ ਨਾਮ ਹੈ ਸੋ ਮਾਰਾ ਨਾਮ ਮੁਸ਼ਤਾਕ ਜੀ ਮੁਸ਼ਤਾਕ ਮੁਸ਼ਤਾਕ ਮੁਗਲ ਗਮੰਡੀ ਜੀ ਸਰ ਗਮੰਡੀ ਜੀ ਤਾਂ ਕੈਸੇ ਰੋਜ਼ੇ ਜੀ ਰਹੇ ਅਲਹਮਦੁਲਿਲਾ ਠੀਕ ਰਹਿ ਗਏ ਜੀ ਬੜੇ ਮਾਸ਼ਾਅੱਲਾ ਮੌਸਮ ਬੜਾ ਚੰਗਾ ਰਿਹਾ ਅੱਛਾ ਰਿਹਾ ਮੌਸਮ ਤੇ ਜਨੇ ਰਮਜ਼ਾਨ ਨੇ ਮੇਰੇ ਪਤਾ ਨਹੀਂ ਚੱਲਿਆ ਅੱਲਾਹ ਤਾਲਾ ਨੇ ਰਹਿਮਤ ਰਹੀ ਇਤਨੀ ਬਾਤ ਕਰੀ ਹੈ ਜੀ ਆਖਰੀ ਹਫਤਾ ਜਿਹੜਾ ਰਿਹਾ ਰੋਜ਼ਿਆਂ ਦਾ ਉਹ ਥੋੜਾ ਜਿਹਾ ਗਰਮੀ ਆ ਗਰਮੀ ਆ ਟਿਕਰ ਕੋਈ ਅੱਜ ਦੁਆ ਦੇ ਆਫਰ ਠੰਡ ਲੱਗੇ ਜੀ ਪੂਰੇ ਰੋਜ਼ੇ ਰੱਖੇ ਨੇ ਪੂਰੇ ਰੋਜ਼ੇ ਇਨਸ਼ਾ ਮਾਸ਼ਾਅੱਲਾ ਬਾਕੀ ਅਸਾਂ ਤੱਕ ਸੋ ਜੀ ਵਾਮ ਇਲਾਕਾ ਵੀ ਆਈ ਚੁੱਕੀ ਹੈ 5 ਲੱਖ ਫਰਮ ਯੂਕੇ ਆ ਜਾਂ ਇੱਥੇ ਹੀ ਹੈ ਯੂਕੇ ਫਰਮ ਯੂਕੇ ਅੱਜ ਇਫਤਾਰੀ ਜੀ ਹੈ ਲਾਲ ਜਿਹੜੀ ਹਵੇਲੀ ਸਹੀ ਦੱਸੀ ਸੀ ਇਹ ਨਹੀਂ ਹੈ ਇਹ ਲਾਲ ਜਿਹੜੀ ਹਵੇਲੀ ਸੀ ਉਹ ਇਹਨਾਂ ਨਹੀਂ ਹੈ ਇਹ ਨਹੀਂ ਹੈ ਬਿਲਕੁਲ ਕਲੀਅਰ ਹੋ ਗਿਆ ਇਹ ਬਾਕੀ ਲਾਲ ਹੀ ਨਜ਼ਰ ਆਈ ਰਿਹਾ ਬਿਲਕੁਲ ਹਾਂ ਤਾਂ ਕੋਲ ਮਾਸ਼ਾਅੱਲਾ ਦਮਾਣੇ ਵੀ ਲਾਲ ਲਾਲ ਇਹਦਾ ਆਪਣਾ ਪਾਪਾ ਹੋਰ ਇਹਦਾ ਆਪਣਾ ਹਵੇਲੀ ਵੀ ਲਾਲ ਹੀ ਲਾਲ ਮਾਸ਼ਾਅੱਲਾ ਬਾਕੀ ਅਸਾਂ ਤੱਕ ਸੋ ਜੀ ਆਵਾਮ ਇਲਾਕਾ ਆਈ ਚੁੱਕੀ ਹੈ ਜੀ ਹੁਣ ਆਵਾਮ ਇੰਤਜ਼ਾਰ ਕਰੀ ਹੈ ਕਿ ਦੁਆ ਸ਼ੁਆ ਉਸ ਜਾਂ ਦੁਆ ਸੁ ਬਾਅਦ ਫਿਰ ਜਿਹੜਾ ਇਫਤਾਰੀ ਨਾਲ ਬਦਮਾਸ਼ ਕੀਤਾ ਜਾ ਸਕੇ ਇਹਦਾ ਸਾਨੂੰ ਤੱਕ ਨਾ ਸੋਇਆ ਇਹ ਜਿਹੜਾ ਹੈ ਨਾ ਜੀ ਇਫਤਾਰੀ ਤੋਂ ਬਾਅਦ ਲੰਗਰ ਨਾ ਬਨਵਾਸ ਇਹ ਦੇਵਾ ਸ਼ੇਵਾ ਹੈ ਜਾਂ ਤੇ ਅੰਦਰ ਕਿਆ ਲਗਾ ਵਾ ਓਏ ਖੀਰ ਇਹ ਵੀ ਗੋਸ਼ਤ ਹੈ ਚਾਚਾ ਕਸਣਾ ਬੱਕਰੇ ਨਾ ਕਾਲੇ ਨਾ ਚਿੱਟੇ ਨਾ ਬਰੋਟੇ ਨਾ ਸੂਆ ਬਰੋਟਾ ਸੀ ਸੂਆ ਤੇ ਬਾਕੀ ਇਹ ਬਿਰਿਆਨੀ ਹੋਸੀ ਫਿਰ ਵਾਈਟ ਚੂਜ਼ਾ ਉਹ ਬਾਕੀ ਮੰਡੇ ਬਾਕੀ ਇਹ ਕੁਕੜੀ ਸੁਣਾ ਅੱਜ ਗੋਸ਼ਤ ਪੱਕਾ ਹੋਇਆ ਅੱਜ ਸੁਣਾ ਗੋਸ਼ਤ ਪੱਕਾ ਆ ਅੱਜ ਖਾਣੇ ਸਵਾਦ ਅਸੀ ਹੈ ਦੁਆ ਵਸਤਾ ਹੁਣ ਅੱਜ ਸੁਣ ਤੱਕਣੇ ਸਵਾਦ ਅਤੇ ਹੁਣ ਬਣ ਗਏ ਸਾਲਨ ਐਸਾ ਹੀ ਨਜ਼ਰ ਆਈ ਰਹੀ ਆਇਆ ਸੂਆ ਬੱਕਰਾ ਇਹ ਸੂਏ ਬੱਕਰੇ ਨਾਲ ਗੋਸ਼ਤ ਨਹੀਂ ਆਇਆ ਅੱਜ ਸੁਣ ਤੱਕ ਬਿਲਕੁਲ ਸੂਆ ਸੂਆ ਗੋਸ਼ਤ ਹੀ ਹੈ ਮਾਸ਼ਾਅੱਲਾ ਇਹ ਹੁਣ ਖਾਸਾ ਖਾਣਾ ਪਤਾ ਲੱਗੀ ਕਿਸਾ ਬਣ ਗਿਆ ਕੋਈ ਵੀ ਸਾਡਾ ਜੀ ਕਹਿੰਦਾ ਬਾਕੀ ਕਿਆ ਕਿਆ ਸੀਨ ਹੋਸੀ ਆ ਸੁਵੇਲਾ ਲਜ਼ਾਰੀ ਕੀ
اللهم ربي اغفر وارحم وانت خير الراحمين يا ربي بالمصطفى بلغ مقاصدنا مقاصد الدين والدنيا والآخرة اللهم انصر امورنا امور الدين والدنيا والآخرة پاک پروردگار عالم مقدس کلام پڑھا گیا بارگاہ مصطفیٰ میں حدیث نعت پڑھی گئی یا اللہ قرآن عظیم الشان کی تلاوت کی گئی حاضر قام رکھا گیا سب تیری پاک بارگاہ میں حدیث التوفہ مگر منظر فرما روزہ نہ ہونا ٹائم ہو چکا ہے جی عوام علاقہ ہونا روزہ شوزہ کھول دی رہی ہے جس کھنجور کھانی ہے کھنجور کھا رہی ہے جس گرما کھانا ہے گرما کھا رہی ہے افطاری افطاری عید ہے جی افطاری کا سانہ پر پاپا جنگی اور باقی ہے جس نے سنت کرنے سے فات ساری عید نہ بہت تکی سکنے ہوں کھجور آسان گونا ہے کھجور کی بھی جو ہے باقی وہ ہم باہر کھا رہی ہے چلو آسان آسان اندر بھی دکھانے ہیں اے کام بڑے نہ سنی جی تے کوئی افطاری سے بعد وی نہ اے لا کام نہ پوری کندا ہے جڑا ماری بکریاں تے کھاسا نہ یارا سانڈ کھاسی ہے بکریاں کھاسا نہ بکریاں بکریاں اے سانڈ کھاسی ہے جی سانڈ کرے اج اے عثمان اعظم کیا کرے اے ہن نہ کام نہ پوری نہ بٹھلے لا وی ہن سن تے کوئی بٹھلے نہ چے کندا اے ہن نہ ہن کار جو جائے اے اج دے بائے بائے اے عثمان جڑیا لے اصل افطاری سنی اے سی ہے اس نے جڑی افطاری ہے نا جی اے لیا جی اس کھڑی ہے کار ہن اے جڑیا نے جڑا مڑیا ساری عوام کی روٹی شوٹی کھوا لیا تھا ہوں ساری باری آئی ہے اصل چاول شاول بہے باقی آ کھانے کا بندہ سو تکی سکتے کہہ رہے ہیں اے بندہ نے مین بندہ ہوا ہے تکی کنہ لینا پلیٹا تو سا تکی کنہ ہوا ہے تو باقی کھانا انہیں پاپے رہا ملیا جی جزاک اللہ پاپا تو باقی ان ٹیسٹ کئی تھا عوام کی بانیاں کیسا بنتا ہے ٹیسٹ کرنے ہوں اسی بڑا شکریہ اسپیشل آئے یہ بڑی گل ہے بہت جزاک اللہ پھر انشاءاللہ انشاءاللہ تو باقی سوال کے نہیں جی اجازت دوائی ساری خدمت اسی طرح سان نئی نئی ویڈیو کی حاضر ہونے سان تب تک دسو اجازت فی امان اللہ